ਨਾਤ ਨੂੰ ਮੈਂ ਦੱਸਦਾ ਵਾਂ ਕਰਨ ਔਜਲੇ ਦਾ ਗਾਣਾ ਕੱਢਾ ਗੱਡੀ ਤੇ ਗੱਡੀਆਂ ਵਿੱਚ ਭਜਾਉਂਦੇ ਆ ਵਿੱਚ ਮਿੱਤਰਾਂ ਨੇ ਗੁੱਟ ਫੜਨਾ ਪਤਾ ਨਹੀਂ ਕੀ ਕਹਿ ਵੀ ਜੱਟ ਨੂੰ ਬਰਬਾਦ ਕਰਨਾ ਤੁਰੇ ਜਾਂਦੇ ਤੇ ਕਿੰਨਾ ਕੁ ਲੱਗਦਾ ਦਿਖਾ ਹਾਂ ਤੁਰ ਕੇ ਮੈਨੂੰ ਕਹਿੰਦਾ ਕੀ ਕਰਨ ਚੱਲਾਂ ਤੂੰ ਇੰਨੇ ਕੁ ਕੱਪੜੇ ਲੈ ਕੇ ਥੋੜੇ ਜਿਹੇ ਮੈਂ ਕਿਹਾ ਯਾਰ ਮੈਂ ਕਬੱਡੀ ਖੇਡਣ ਚੱਲਾਂ ਵਾਂ ਮੈਂ ਤੁਹਾਨੂੰ ਦੱਸਦਾ ਵਾਂ ਕਿੱਦਾਂ ਕਬੱਡੀ ਪਾ ਕੇ ਦੱਸ ਦਿੰਦਾ ਵਾਂ ਵੀ ਕਿੱਦਾਂ ਕਿੱਦਾਂ ਹੁੰਦੀ ਆ ਇੱਕ ਤੈਨੂੰ ਖੁਸ਼ ਖਬਰੀ ਦੇਣੀ ਹਾਂ ਕੀ ਤੇਰਾ ਪੋਸਟਰ ਬਣਿਆ ਅੱਛਾ ਕਿੰਨੇ ਨੇ ਬਣਾਇਆ ਬਿੰਦੂ ਹੁਣਾਂ ਨੇ ਸੁਰਖ ਕਰੋ ਅੱਛਾ ਬਿੰਦੂ ਹਾਂ ਮੈਂ ਪੱਖਾ ਬੰਦ ਕੀਤਾ ਹੈ ਬਹੁਤ ਮਥੜੇ ਦਾ ਮਤਲਬ ਪਹਿਲਾਂ ਤਾਂ ਆਪ ਦੀ ਲੱਗ ਗਿਆ ਪਾਰੀ ਬਹੁਤ ਯਾਰੀ ਮਿਹਰਬਾਨੀ ਯਾਰ ਬਿੰਦੂ ਬੈਨ ਬੜੇ ਦਿਨ ਕੁਲਵੀਰ ਯੂਕੇ ਵੱਲੋਂ ਆਪਣੇ ਸੁਰਖਪੁਰ ਸਨਮਾਨ ਹੋਣਾ ਤੇਰਾ ਠੀਕ ਹੈ ਠੀਕ ਹਾਂ ਤੇ ਆਪਾਂ ਹੁਣ ਜਾਣਾ ਉੱਥੇ ਠੀਕ ਆ ਤੇ ਉਹ ਇਹ ਆਪਣੇ ਭਾਜੀ ਹੋਣਾਂ ਦਾ ਧੰਨਵਾਦ ਕਰਦੇ ਬਿੰਦੂ ਹੋਣਾਂ ਦਾ ਬਿੰਦੂ ਹੋਣਾਂ ਨੂੰ ਹੁਣ ਮਿਲਾਂਗੇ ਕਹਿੰਦਾ ਅਗਲੇ ਸਾਲ ਆਉਣਾ ਵਾ ਉਹਨਾਂ ਨੇ ਚੱਲ ਕੋਈ ਨਹੀਂ ਹੁਣ ਫਿਰ ਮਿਲਾਂਗੇ ਵੀ ਹੈਂ ਧੰਨਵਾਦ ਕੀ ਇਹਨਾਂ ਦਾ ਪੂਰਾ ਕਰਨਾ ਧੰਨਵਾਦ ਹੈਂ ਬਹੁਤ ਵਧੀਆ ਕੀਤਾ ਇਹਨੇ ਸਪੋਰਟ ਕਰਦੇ ਪਏ ਤੇ ਮੈਨੂੰ ਨਾ ਪਿੰਦੇ ਦਾ ਵੀ ਫੋਨ ਆਇਆ ਸੀ ਅੱਛਾ ਉਹ ਕਹਿੰਦਾ ਵੀ ਮੈਨੂੰ ਫੋਟੋ ਖਿੱਚ ਕੇ ਭੇਜ ਜੱਸੂ ਦੀ ਵਧੀਆ ਜੀ ਅੱਛਾ ਉਹ ਪੋਸਟਰ ਤੇ ਲਾਉਣੀ ਆ ਅੱਛਾ ਅੱਛਾ ਠੀਕ ਹੈ ਹਾਂ ਮੀਂਹ ਪੈਣ ਡਿਆ ਸੀ ਮੈਂ ਤਾਂ ਮੈਂ ਕਿਹਾ ਚੱਲ ਮੈਂ ਨਹੀਂ ਨਹੀਂ ਕੋਈ ਨਹੀਂ ਫੋਟੋ ਖਿੱਚ ਕੇ ਭੇਜ ਦਾਂ ਹਾਂ ਤੁਹਾਡੀ ਫੋਟੋ ਪਾ ਨੂੰ ਆ ਜਾਈ ਭਰਾ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਭਰਾ ਮੇਰਾ ਗੋਡੇ ਦਾ ਆਪਰੇਸ਼ਨ ਹੋ ਜਾਊਗਾ ਹੋਏ ਨਾ ਚਿੰਤਾ ਨਾ ਸਹੀ ਹੋ ਗਈ ਤਾਂ ਮੈਂ ਖੇਡਣ ਵਾਲਾ ਹੀ ਹੋ ਜਾਣਾ ਬਾਬਾ ਹਾਂ ਨਹੀਂ ਹੋਏ ਨਾ ਅਸੀਂ ਤਾਂ ਇਹ ਹੀ ਹੁਣ ਇਕੱਠੇ ਕਰਦੇ ਮੈਂ ਇਦਾਂ ਹੀ ਬਸ ਹੋ ਜਾਣਾ ਆਪਰੇਸ਼ਨ ਵੀ ਹੋ ਜਾਊਗਾ ਕਿ ਨਹੀਂ ਹੁਣ ਤੂੰ ਦੇਖ ਲਿਆ ਪੋਸਟਰ ਫਿਰ ਹਾਂ ਪੋਸਟਰ ਦੇਖ ਲਿਆ ਬਿੰਦੂ ਹੋਣਾ ਦੀਆਂ ਗੱਲਾਂ ਬਾਤਾਂ ਉਹਨਾਂ ਨੇ ਕਰਤੀਆਂ ਪੂਰੀਆਂ ਸਹੀ ਫਿਰ ਹਾਂ ਨਹੀਂ ਨਹੀਂ ਸਹੀ ਆ ਨਹੀਂ ਵਧੀਆ ਗਈਆਂ ਹੌਲੀ ਹੌਲੀ ਠੀਕ ਆ ਨਾ ਹੌਲੀ ਹੌਲੀ ਆਪਾਂ ਕਿੰਨਾ ਕੁ ਮੇਰੇ ਇਦਾਂ ਲੱਗਦਾ ਤੁਰੇ ਜਾਂਦੇ ਤੇ ਇਦਾਂ ਕਿੱਦਾਂ ਆ ਤੁਰੇ ਜਾਂਦੇ ਤੇ ਕਿੰਨਾ ਕੁ ਲੱਗਦਾ ਦਿਖਾ ਹਾਂ ਤੁਰ ਕੇ ਹੈਂ ਦਿਖਾ ਦੋ ਹਾਂ ਪੈਂਦਾ ਆਹ ਵਾਲੀ ਲੱਤ ਇੱਧਰ ਜਾਂਦੀ ਜਾਂਦੀ ਨਾ ਬਿੰਦੀ ਨੂੰ ਹਾਂ ਚੱਲ ਇਧਰ ਜਾਂਦੇ ਅੱਜ ਤਾਂ ਠੀਕ ਆ ਅੱਜ ਤਾਂ ਠੀਕ ਆ ਗੋਡਾ ਨਾ ਮੇਰਾ ਦੁਖਣ ਲੱਗ ਪਿਆ ਹਨਾ ਫੜ ਤਾਂ ਮੈਂ ਲਊਂਗਾ ਇਹਨੂੰ ਕਿੱਥੋਂ ਤੱਕ ਭੱਜ ਲੇਗਾ ਪੁੱਤ ਪੰਜਾਹ ਡੰਡ ਲਾਉਣੇ ਮੈਂ ਕਿਹਾ ਚੱਲ ਕੋਈ ਨੀ ਲਾਉਣੇ ਆ ਉਹਦੇ ਨਾ ਨਵੇਂ ਮੁੰਡੇ ਉਹ ਦਸ ਡੰਡ ਨੀ ਲੱਗੇ ਮੁੜ ਕੇ ਆਹੋ ਤੇ ਮੈਂ ਕਿੰਨੇ ਹੀ ਮਾਰ ਗਿਆ ਮੈਂ 100 ਦੇ ਲਾਗੇ ਜਾਗੇ ਮਾਰ ਗਿਆ ਮੈਂ ਕਿਹੜਾ ਗਾਣਾ ਲਾਉਣਾ ਤੁਸੀਂ ਕਰਨ ਔਜਲੇ ਦਾ ਯਾਰ ਕਿਹੜਾ ਯਾਰ ਉਹ ਗੱਡੀਆਂ ਜੀਆਂ ਤੇ ਨਹੀਂ ਉਹਨੇ ਬਣਾਇਆ ਵੀਡੀਓ ਦੇਖੀ ਨੀ ਤੂੰ ਮੈਨੂੰ ਗਾਣੇ ਦਾ ਨਾਂ ਦੱਸ ਮੜਾ ਯਾਰ ਗਾਣੇ ਦਾ ਯਾਰ ਨਾਂ ਤੈਨੂੰ ਮੈਂ ਦੱਸਦਾ ਵਾਂ ਕਰਨ ਔਜਲੇ ਦਾ ਗਾਣਾ ਕੱਢਾ ਗੱਡੀ ਤੇ ਗੱਡੀਆਂ ਵਿੱਚ ਭਜਾਉਂਦੇ ਆ ਵਿੱਚ ਮਿੱਤਰਾਂ ਨੇ ਗੁੱਟ ਫੜਨਾ ਪਤਾ ਨਹੀਂ ਕੀ ਕਹਿ ਵੀ ਜੱਟ ਨੂੰ ਬਰਬਾਦ ਕਰਨਾ ਅੱਛਾ
ਕਰਕੇ ਤਾਂ ਦੇਖਣੇ ਸਾਲੇ ਏਦਾਂ ਗਾਉਂਦਾ ਬਹੁਤ ਟੌਪ ਦਾ ਹਾਂ ਯਾਰ ਮੇਰੀ ਹੋੜੀ ਰੀਜ ਆ ਯਾਰ ਇਹ ਗਾਣੇ ਤੇ ਤੇਰੀ ਹੁਣੇ ਬਣਾ ਦਿੰਦਾ ਵੀਡੀਓ ਹੁਣੇ ਬਣਾ ਕੇ ਤੇ ਚੱਲ ਬਣਾਉਣਾ ਤੇਰੀ ਵੀਡੀਓ ਰੋ ਗਈਆਂ ਗਾਈਏ ਹੁਣ ਰੁਕ ਜਾ ਅੰਬੀਆਂ ਹੁਣ ਤੇਰੀਆਂ ਕਿੱਥੇ ਹੋ ਜਾਣੀਆਂ ਰੁਕ ਜਾ ਆਇਆ ਸ਼ਚਾਨ ਤਾਂ ਤੂੰ ਉਹ ਭਰਾ ਹੁਣ ਤੈਨੂੰ ਜਦੋਂ ਅਸੀਂ ਚੱਲੇ ਸੀ ਬਾਹਰ ਤੇ ਮੇਰੇ ਕੋਲ ਬੈਗ ਭਰਾਵਾ ਛੋਟਾ ਜਿਹਾ ਮੈਂ ਆਪਦੇ ਇੱਥੋਂ ਕੱਪੜੇ ਕੁਪੜੇ ਲੈ ਹੋਏ ਤੇ ਇਕੱਲਾ ਬੈਗ ਕੈਟ ਪਾਈ ਹੋਈ ਜਦੋਂ ਨਾ ਅਸੀਂ ਏਅਰਪੋਰਟ ਅੰਦਰ ਉੱਥੇ ਵੇਟਿੰਗ ਰੂਮ 'ਚ ਸਾਨੂੰ ਬਿਠਾਇਆ ਉਹਨਾਂ ਨੇ ਤੇ ਮੁੰਡਾ ਸੀ ਨਵੇਂ ਸ਼ਹਿਰ ਦਾ ਮੈਨੂੰ ਕਹਿੰਦਾ ਮੈਨੂੰ ਦੇਖ ਕੇ ਕਹਿੰਦਾ ਲੱਗਦਾ ਕੋਈ ਗੇਮ ਗੂਮ ਕਰਦਾ ਲੱਗਦਾ ਤੂੰ ਕੋਈ ਮੈਂ ਕਿਹਾ ਆਹੋ ਮੈਂ ਕਬੱਡੀ ਖੇਡਦਾ ਭਾਜੀ ਕਹਿੰਦਾ ਯਾਰ ਮੈਂ ਕਿਹਾ ਯਾਰ ਭਾਜੀ ਯਾਰ ਕਿੱਦਾਂ ਯਾਰ ਮੈਨੂੰ ਯਾਰ ਪਤਾ ਨਹੀਂ ਪਹਿਲੀ ਯਾਰ ਮੈਂ ਚੱਲਾ ਵਾਂ ਉਹ ਕਹਿੰਦਾ ਤੂੰ ਡਰਨਾ ਤੂੰ ਕੌਫੀ ਕੂਫੀ ਪੀਣੀ ਦੱਸ ਮੈਂ ਕਿਹਾ ਚੱਲ ਭਾਜੀ ਕੌਫੀ ਤਾਂ ਮੈਂ ਪੀ ਲੂੰਗਾ ਕੋਈ ਨਹੀਂ ਪਰ ਮੈਂ ਕਿਹਾ ਭਾਜੀ ਯਾਰ ਇੱਦਾਂ ਇੱਦਾਂ ਮੈਨੂੰ ਯਾਰ ਚੱਕਰ ਜਿਹਾ ਯਾਰ ਹੋਰ ਤਰ੍ਹਾਂ ਲੱਗਦਾ ਮੈਨੂੰ ਹੋਰ ਨਾ ਮੋੜ ਮਾੜੀ ਦੇਣ ਕਿਤੇ ਉਹ ਕਹਿੰਦਾ ਕੌਣ ਇਹਦਾ ਵੀਜ਼ਾ ਤੇਰਾ ਲੱਗਾ ਹੋਇਆ ਵਾ ਤੈਨੂੰ ਇੱਦਾਂ ਨਹੀਂ ਮੋੜਦਾ ਕੋਈ ਉਹ ਭਰਾਵਾ ਮੁੜ ਕੇ ਗਾਂਹ ਚੱਲ ਗਿਆ ਮੈਂ ਰਹਿ ਗਿਆ ਇਕੱਲਾ ਜਦੋਂ ਨਾ ਮੀਂਹ ਬੜਾ ਆ ਗਿਆ 5 ਵਜੇ ਦਾ ਸਵੇਰ ਦੀ ਫਲੈਟ ਸੀ ਜਦੋਂ ਮੀਂਹ ਨਾ ਬੜਾ ਆਇਆ ਮੈਂ ਕਿਹਾ ਲੈ ਵੀ ਜੱਸੂ ਰਹਿ ਗਿਆ ਹੁਣ ਇੱਥੇ ਮੈਂ ਕਿਹਾ ਜਹਾਜ ਜੂਜ ਨਹੀਂ ਹੁਣ ਉੱਡਣੇ ਹੁਣ ਨਹੀਂ ਮੈਂ ਕਿਹਾ ਜਹਾਜ ਜੂਜ ਉੱਡਣੇ ਹੁਣ ਮੈਂ ਕਿਹਾ ਲੈ ਵੀ ਮੇਰੇ ਜਿਹੜੇ ਮਹੇਸ਼ੀ ਹੋਣੀ ਮੇਰੇ ਚਾਚੇ ਦਾ ਮੁੰਡਾ ਸੀ ਮਾਸੀ ਮੇਰੀ ਦਾ ਮੁੰਡਾ ਸੀ ਨਾਲ ਆਏ ਫੋਨ ਮੈਂ ਉਦੋਂ 31 ਫੋਨ ਨਵੇਂ ਨਵੇਂ ਆਏ ਸੀ ਤੇ ਮੈਂ ਕਿਹਾ ਮੈਂ ਫੋਨ ਚਾਲੂ ਰੱਖੂੰਗਾ ਆਪਦਾ ਹੈਂ ਜਿੰਨਾ ਯਾਰ ਵੀ ਮੈਂ ਬੰਦ ਨਹੀਂ ਕਰਨਾ ਉਹ ਕਹਿੰਦੇ ਐਵੇਂ ਵੀ ਤੈਨੂੰ ਚੜਾ ਕੇ ਜਾਣਾ ਵਾ ਹੁਣ ਜਦੋਂ ਇੰਗਲੈਂਡ ਪਹੁੰਚਾ ਕੇ ਫੇਰ ਅਸੀਂ ਜਾਣਾ ਇੱਥੋਂ ਤੇ ਜਦੋਂ ਨਾ ਜਹਾਜ਼ ਬਣਾਉਣ ਲੱਗੇ ਉਹ ਬਾਬਾ ਉਹ ਨਾ ਪਾਸਪੋਰਟ ਇਹਨਾਂ ਨੇ ਮੇਰਾ ਫੜ ਲਿਆ ਮੈਂ ਕਿਹਾ ਲੈ ਵੀ ਇਹਨਾਂ ਨੇ ਮੋੜ ਦੇਣਾ ਹੁਣ ਮੈਨੂੰ ਕਹਿੰਦਾ ਕੀ ਕਰਨ ਚੱਲਾਂ ਤੂੰ ਇੰਨੇ ਕੁ ਕੱਪੜੇ ਲੈ ਕੇ ਥੋੜ੍ਹੇ ਜਿਹੇ ਮੈਂ ਕਿਹਾ ਯਾਰ ਮੈਂ ਕਬੱਡੀ ਖੇਡਣ ਚੱਲਾਂ ਵਾਂ ਕਿੱਦਾਂ ਕਿਹੜੀ ਕਬੱਡੀ ਖੇਡਦਾ ਮੈਂ ਕਿਹਾ ਇੱਕ ਨੈਸ਼ਨਲ ਸਟਾਈਲ ਹੁੰਦੀ ਹੈ ਇੱਕ ਪੰਜਾਬ ਸਟਾਈਲ ਇਹ ਇਕੱਲੇ ਨੂੰ ਇਕੱਲੇ ਵਾਲੀ ਆ ਉਹ ਕਹਿੰਦੇ ਕਿੱਦਾਂ ਹੁੰਦੀ ਆ ਮੈਂ ਕਿਹਾ ਖੜੇ ਹੋ ਤੁਸੀਂ ਮੈਂ ਕਿਹਾ ਚਾਰੇ ਜਾਣੇ ਕਾੜੀ ਖੜੇ ਹੋ ਮੈਂ ਤੁਹਾਨੂੰ ਦੱਸਦਾ ਵਾਂ ਕਿੱਦਾਂ ਕਬੱਡੀ ਪਾ ਕੇ ਦੱਸ ਦਿੰਦਾ ਵਾਂ ਵੀ ਕਿੱਦਾਂ ਹੁੰਦੀ ਆ ਅੱਛਾ ਜੀ ਜਹਾਜ਼ 'ਚ ਬਿਠਾਤਾ ਜਦੋਂ ਜਹਾਜ਼ 'ਚ ਬਹਿ ਗਏ ਹਾਂ ਅਸੀਂ ਬਾਬਾ ਉਹਨਾਂ ਨੇ ਮੇਰਾ ਪਾਸਪੋਰਟ ਤਾਂ ਪਹਿਲੋਂ ਫੜਿਆ ਸੀ ਮੈਂ ਕਿਹਾ ਲੈ ਆਈ ਮਿੱਤਰਾ ਇਹਨਾਂ ਨੇ ਹੁਣ ਮੇਰਾ ਪਾਸਪੋਰਟ ਫੜ ਲਿਆ ਜਾਂ ਜੇਲ੍ਹ 'ਚ ਘੱਲਣਗੇ ਉੱਥੇ ਕੋਈ ਨਾ ਕੋਈ ਚੱਕਰ ਇਹ ਪਾਉਣਗੇ ਨਾ ਕੋਈ ਨਹੀਂ ਬੈਠਾ ਰਹੇ ਹੁਣ ਮੋੜ ਤਾਂ ਨਹੀਂ ਦੇਣ ਲੱਗੇ ਬੈਠੇ ਰਹੇ ਅਤੇ ਜਦੋਂ ਉੱਥੇ ਇੰਗਲੈਂਡ ਇਥਰੋ ਦੇ ਉਤਰੇ ਅਸੀਂ ਅਤੇ ਨਾਲ ਇੱਕ ਆਂਟੀ ਸੀ ਇੱਕ ਅੰਕਲ ਸੀ ਉਹਨਾਂ ਨੇ ਗਾਂਹ ਉਹ ਜਹਾਜ਼ ਕੈਨੇਡਾ ਨੂੰ ਆਉਣਾ ਸੀ ਮੈਨੂੰ ਕਹਿੰਦੇ ਤੂੰ ਵਿੱਚੇ ਰਹਿਣਾ ਬੈਠਾ ਮੈਂ ਕਿਹਾ ਲੈ ਵੀ ਮਿੱਤਰਾਂ ਇਹਨਾਂ ਨੇ ਪਰ ਨਹੀਂ ਉਹਨਾਂ ਦੇ ਕਾਨੂੰਨ ਆਪਦੇ ਉਹ ਪਹਿਲੀ ਵਾਰ ਚੱਲਾ ਸੀ ਨਾ ਅਤੇ ਮੈਨੂੰ ਛੱਡ ਕੇ ਆਏ ਹਨ ਬਾਹਰ ਤੱਕ ਨਾ ਸਾਰਾ ਲੈ ਲੈਣਾ ਸੀ ਆਰ ਨਹੀਂ ਪਾਉਣੀ ਉਹਦੀ ਅੱਛਾ ਭਰਾ ਕਿੰਨੇ ਫਾਰਮ ਖਰਾਬ ਕਰਤੇ ਫਾਰਮ ਇੱਥੋਂ ਮੈਨੂੰ ਕਹਿਣਾ ਅੰਗਰੇਜ਼ੀ 'ਚ ਕਰਨੇ ਮੈਂ ਕਿਹਾ ਪੰਜਾਬੀ 'ਚ ਮੈਨੂੰ ਆਉਣੇ ਪੰਜਾਬੀ 'ਚ ਕਰ ਦਿੰਦਾ ਵਾ ਸੈਨ ਅਤੇ ਇੱਦਾਂ ਹੀ ਫਿਰ ਇੱਕ ਵਾਰੀ ਨਾ ਸਹੀ ਹੋ ਪੈ ਗਿਆ ਅੱਛਾ ਬਾਬਾ ਉੱਦਾਂ ਹੀ ਹੁਣ ਮੈਨੂੰ ਹਜੇ ਤਾਂ ਉੱਦਾਂ ਹੀ ਪਾਉਣੇ ਆਉਂਦੇ ਆ ਅੱਛਾ ਬਸ ਇੱਕੋ ਸੈਨ ਹੀ ਕਰਨੇ ਆਉਂਦੇ ਹੋਰ ਤਾਂ ਕੁਛ ਸਿੱਖਿਆ ਨਹੀਂ ਗਾ ਕੁਛ